ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪਰਮਿੰਦਰਜੀਤ ਸਿੰਘ। ਜੋ ਅੱਜ ਦਾ ਵਿਸ਼ਾ ਹੈ, ਨਕਾਰਾਤਮਿਕਤਾ ਅਤੇ ਡਰ ਨੂੰ ਕਿਵੇਂ ਖਤਮ ਕਰੀਏ। ਹੁਣ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹਾਂਗੇ ਕਿ ਨਕਾਰਾਤਮਿਕਤਾ, ਨੈਗੇਟਿਵਿਟੀ ਆਉਂਦੀ ਕਿਵੇਂ ਹੈ, ਇਹ ਡਰ ਦਾ ਰੂਪ ਕਿਵੇਂ ਧਾਰਨ ਕਰਦੀ ਹੈ। ਦੋਸਤੋ, ਅਸੀਂ ਹਰ ਰੋਜ਼ ਬਹੁਤ ਜ਼ਿਆਦਾ ਨੈਗਟਿਵ ਲੋਕਾਂ ਨੂੰ ਮਿਲਦੇ ਹਾਂ, ਬਹੁਤ ਜ਼ਿਆਦਾ ਨੈਗਟਿਵ ਘਟਨਾਵਾਂ ਬਾਰੇ ਸੁਣਦੇ ਹਾਂ, ਬਹੁਤ ਜ਼ਿਆਦਾ ਸਮਾਜ ਦੇ ਵਿੱਚ, ਸਾਡੇ ਸਰਾਊਂਡਡ, ਸਾਡੇ ਵਾਤਾਵਰਨ ਦੇ ਵਿੱਚ ਨੈਗਟਿਵਿਟੀ ਫੈਲ ਗਈ ਹੈ। ਸਾਡਾ ਮੀਡੀਆ ਨੈਗਟਿਵ ਹੋ ਗਿਆ ਹੈ, ਸੋਸ਼ਲ ਮੀਡੀਆ ਨੈਗਟਿਵ ਹੈ, ਅਤੇ ਸਾਡੇ ਨਾਲ ਕੋਈ ਘਟਨਾ ਘਟ ਜਾਂਦੀ ਹੈ ਤਾਂ ਅਸੀਂ ਉਸ ਘਟਨਾ ਦੇ ਉੱਤੇ ਬਹੁਤ ਜ਼ਿਆਦਾ ਚਿੰਤਨ ਕਰਦੇ ਹਾਂ। ਸਮਾਜ ਦੇ ਵਿੱਚ ਕੋਈ ਵੀ ਨੈਗਟਿਵ ਘਟਨਾ ਘਟਦੀ ਹੈ, ਅਸੀਂ ਉਸ ਨੂੰ ਰਿਪੀਟਲੀ ਸੁਣਦੇ ਹਾਂ, ਉਹਦੇ ਉੱਤੇ ਵਿਚਾਰ ਕਰਦੇ ਹਾਂ, ਅਤੇ ਸਾਡਾ ਮਨ ਬਹੁਤ ਹੀ ਸੂਖਮ ਹੈ, ਬਹੁਤ ਬਰੀਕ ਹੈ, ਜੋ ਨਿੱਕੀ ਨਿੱਕੀ ਗੱਲ ਨੂੰ ਆਪਣੇ ਵਿੱਚ ਬੰਨ ਲੈਂਦਾ ਹੈ, ਆਪਣੇ ਵਿੱਚ ਲਪੇਟ ਲੈਂਦਾ, ਆਪਣੇ ਵਿੱਚ ਸੇਵ ਕਰ ਲੈਂਦਾ ਹੈ। ਸਾਡੇ ਜੀਵਨ ਦੇ ਵਿੱਚ ਇਹ ਨੈਗਟਿਵਿਟੀ ਸਾਡੇ ਦੋਸਤਾਂ ਤੋਂ, ਸਾਡੇ ਵਿਚਾਰਾਂ ਤੋਂ, ਮੀਡੀਆ ਤੋਂ, ਸੰਗੀਤ ਤੋਂ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਸੋਚਦੇ ਹਾਂ, ਜੋ ਸੁਣਦੇ ਹਾਂ, ਉਸ ਤੋਂ ਪੈਦਾ ਹੁੰਦੀ ਹੈ। ਕਈ ਵਾਰ ਸਾਡੇ ਪਰਿਵਾਰਾਂ ਦੇ ਵਿੱਚ ਐਸੀਆਂ ਘਟਨਾਵਾਂ ਘਟ ਜਾਂਦੀਆਂ ਹਨ, ਅਸੀਂ ਵਾਰ ਵਾਰ ਉਹਨਾਂ ਘਟਨਾਵਾਂ 'ਤੇ ਚਿੰਤਨ ਕਰਦੇ ਹਾਂ, ਅਤੇ ਵਾਰ ਵਾਰ ਜਦੋਂ ਚਿੰਤਨ ਕਰਦੇ ਹਾਂ ਤਾਂ ਉਹ ਘਟਨਾਵਾਂ ਰਿਪੀਟਲੀ ਸਾਡੀ ਜ਼ਿੰਦਗੀ ਵਿੱਚ ਘਟਣੀਆਂ ਸ਼ੁਰੂ ਹੋ ਜਾਂਦੀਆਂ ਹਨ, ਕਿਉਂਕਿ ਸਾਡਾ ਅਵਚੇਤਨ ਮਨ ਨਹੀਂ ਜਾਣਦਾ ਕਿ ਸਹੀ ਹੈ ਕਿ ਗਲਤ ਹੈ। ਅਸੀਂ ਉਸ ਨੂੰ ਜੋ ਕੁਝ ਵੀ ਦੇਵਾਂਗੇ ਉਹੀ ਚੀਜ਼ ਉਹ ਰਿਪੀਟਲੀ ਸਾਡੇ ਸਾਹਮਣੇ ਪੇਸ਼ ਕਰ ਦੇਵੇਗਾ। ਜੇਕਰ ਅਸੀਂ ਬਿਮਾਰ ਹੋ ਗਏ ਹਾਂ ਤਾਂ ਤਕਰੀਬਨ ਅਸੀਂ ਆਪਣੀ ਬਿਮਾਰੀ ਬਾਰੇ ਹਰ ਕਿਸੇ ਨੂੰ ਦੱਸਦੇ ਹਾਂ, ਯਾਰ ਮੈਂ ਬਿਮਾਰ ਸੀ, ਯਾਰ ਮੈਂ ਬਿਮਾਰ ਸੀ, ਮੈਨੂੰ ਹੋਸਪਿਟਲ ਜਾਣਾ ਪਿਆ, ਮੈਂ ਬਿਮਾਰ ਸੀ। ਅਸੀਂ ਕਿੰਨੇ ਵਾਰ ਉਹ ਬਿਮਾਰੀ ਨੂੰ ਯਾਦ ਕੀਤਾ, ਕੀ ਹੋਵੇਗਾ? ਉਹ ਬਿਮਾਰੀ ਨੂੰ ਅਸੀਂ ਜਿੰਨੇ ਵਾਰੀ ਯਾਦ ਕਰਾਂਗੇ, ਸਾਡਾ ਅਵਚੇਤਨ ਮਨ ਉਸ ਬਿਮਾਰੀ ਦੀ ਫ੍ਰੀਕੁਐਂਸੀ ਨੂੰ, ਉਸ ਬਿਮਾਰੀ ਦੀਆਂ ਕਿਰਨਾਂ ਨੂੰ, ਉਸ ਬਿਮਾਰੀ ਦੀ ਵਾਈਬ੍ਰੇਸ਼ਨਸ ਨੂੰ ਆਪਣੇ ਅੰਦਰ ਸੇਵ ਕਰ ਲਏਗਾ, ਤਾਂ ਅਸੀਂ ਰਿਪੀਟਲੀ ਬਿਮਾਰ ਹੋ ਜਾਵਾਂਗੇ। ਜੇਕਰ ਸਾਨੂੰ ਜ਼ਿੰਦਗੀ ਵਿੱਚ ਕੋਈ ਦੁੱਖ ਮਿਲ ਗਿਆ ਜਾਂ ਕੋਈ ਤਕਲੀਫ ਆ ਗਈ, ਕੋਈ ਨੈਗਟਿਵ ਘਟਨਾ ਸਾਡੀ ਜ਼ਿੰਦਗੀ 'ਚ ਘਟ ਗਈ, ਸਾਡੇ ਪਰਿਵਾਰ 'ਚ ਕੋਈ ਮਾੜਾ ਹੋ ਗਿਆ, ਤਾਂ ਅਸੀਂ ਵਾਰ ਵਾਰ ਉਸ ਨੂੰ ਯਾਦ ਕਰ ਕਰਕੇ ਰੋਂਦੇ ਰਹਿੰਦੇ ਹਾਂ। ਕਈ ਵਾਰ ਇੰਝ ਹੁੰਦਾ ਕਿ ਸਾਡੀ ਜ਼ਿੰਦਗੀ 'ਚ ਕੁਝ ਐਸੀਆਂ ਘਟਨਾਵਾਂ ਹੋ ਜਾਂਦੀਆਂ, ਅਸੀਂ ਉਹਨੂੰ ਭੁੱਲ ਨਹੀਂ ਪਾਉਂਦੇ, ਅਸੀਂ ਵਾਰ ਵਾਰ ਉਹਨਾਂ ਘਟਨਾਵਾਂ ਨੂੰ ਯਾਦ ਕਰ ਕਰਕੇ ਰੋਂਦੇ ਰਹਿੰਦੇ ਹਾਂ, ਅਤੇ ਉਹ ਘਟਨਾਵਾਂ ਫਿਰ ਤੋਂ ਸਾਡੀ ਜ਼ਿੰਦਗੀ ਵਿੱਚ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ। ਫਿਰ ਅਸੀਂ ਕਹਿ ਦਿੰਦੇ ਹਾਂ, ਯਾਰ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ, ਮੇਰੇ ਨਾਲ ਮਾੜਾ ਹੋ ਰਿਹਾ ਹੈ। ਕਾਰਨ ਕੀ ਆ? ਅਸੀਂ ਅਵਚੇਤਨ ਮਨ ਨੂੰ, ਆਪਣੇ ਸਭ ਕੌਨਸ਼ੀਅਸ ਮਾਇੰਡ ਨੂੰ ਵਾਰ ਵਾਰ ਉਸ ਨੈਗਟਿਵ ਘਟਨਾ ਦੇ ਬਾਰੇ ਫੀਡ ਦੇ ਰਹੇ ਹਾਂ, ਉਹਨੂੰ ਵਾਰ ਵਾਰ ਕਹਿ ਰਹੇ ਹਾਂ, ਇੰਝ ਹੋਇਆ, ਉਹ ਵਾਰ ਵਾਰ ਉਹੀ ਚੀਜ਼ਾਂ ਨੂੰ ਰਿਪੀਟਲੀ ਸਾਡੀ ਜ਼ਿੰਦਗੀ ਦੇ ਵਿੱਚ ਪੇਸ਼ ਕਰ ਦਿੰਦਾ। ਅਸੀਂ ਆਪਣੀ ਕਿਸਮਤ ਨੂੰ ਦੋਸ਼ ਬੜਾ ਦੇਣ ਲੱਗ ਜਾਂਦੇ ਹਾਂ। ਜਦੋਂ ਸਾਡੀ ਜ਼ਿੰਦਗੀ 'ਚ ਵਾਰ ਵਾਰ ਕੁਝ ਮਾੜਾ ਘਟਦਾ, ਫਿਰ ਅਸੀਂ ਆਪਣੀ ਨੈਗਟਿਵਿਟੀ ਬਹੁਤ ਵਧਾ ਲੈਂਦੇ ਹਾਂ, ਫਿਰ ਅਸੀਂ ਆਪਣੀ ਕਿਸਮਤ ਨੂੰ ਦੋਸ਼ ਦੇਣ ਲੱਗਦੇ ਹਾਂ। ਇਸ ਵਾਰ ਅਸੀਂ ਹੱਲ ਨਹੀਂ ਭਾਲਦੇ, ਅਸੀਂ ਹੱਲ ਲੱਭਣਾ ਵੀ ਚਾਹੁੰਦੇ। ਜੇ ਤੁਹਾਨੂੰ ਕੋਈ ਹੱਲ ਦੇਣ ਦੀ ਕੋਸ਼ਿਸ਼ ਕਰੇਗਾ ਨਾ, ਸਾਨੂੰ ਉਹ ਬੰਦਾ ਬੋਰਿੰਗ ਲੱਗੂਗਾ। ਅਸੀਂ ਸੋਸ਼ਲ ਮੀਡੀਆ ਉੱਤੇ ਜਾਂ ਅਸੀਂ ਯੂਟਿਊਬ ਦੇ ਉੱਤੇ ਇਸ ਵਿਸ਼ੇ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਵੀਡੀਓ ਪਾਈਆਂ, ਪਰ ਸਾਡੀ ਵੀਡੀਓ 1 ਜਾਂ 2 ਮਿੰਟ ਤੋਂ ਵੱਧ ਕੋਈ ਸੁਣਦਾ ਨਹੀਂ। ਕਾਰਨ ਕੀ ਆ? ਤੁਹਾਨੂੰ ਇਹ ਵਿਸ਼ੇ ਬੋਰ ਲੱਗਦੇ, ਪਰ ਇਹ ਵਿਸ਼ੇ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹਨ। ਅੱਜ ਦਾ ਸਮਾਂ ਬਹੁਤ ਨੈਗਟਿਵ ਹੈ, ਹਰ ਕੋਈ ਇਨਸਾਨ ਨੈਗਟਿਵਿਟੀ ਚੱਕੀ ਫਿਰਦਾ ਹੈ, ਸਾਡੀ ਜ਼ਿੰਦਗੀ 'ਚ ਨੈਗਟਿਵਿਟੀ ਵੱਧਦੀ ਜਾ ਰਹੀ ਹੈ।
ਜੇ ਤੁਹਾਨੂੰ ਕਿਸੇ ਨੇ ਕਹਿ ਦਿੱਤਾ ਤੂੰ ਫਲਾਨੀ ਚੀਜ਼ ਨਹੀਂ ਕਰ ਸਕਦਾ, ਫਲਾਨਾ ਕੰਮ ਨਹੀਂ ਕਰ ਸਕਦਾ, ਤੁਸੀਂ ਉਹਨੂੰ ਆਪਣੇ ਆਪ 'ਚ ਐਕਸੈਪਟ ਕਰ ਲਿਆ, ਹਾਂ ਯਾਰ ਉਹਨੇ ਕਹਿ ਤਾ ਮੈਂ ਕੰਮ ਨਹੀਂ ਕਰ ਸਕਦਾ, ਤੂੰ ਐਕਸੈਪਟ ਕਰ ਲਓ ਕੰਮ ਤੁਸੀਂ ਨਹੀਂ ਕਰ ਸਕੋਗੇ, ਕਿਉਂਕਿ ਤੁਸੀਂ ਆਪਦੇ ਅਵਚੇਤਨ ਮਨ ਨੂੰ ਕਹਿ ਦਿੱਤਾ ਮੈਂ ਨਹੀਂ ਕਰ ਸਕਦਾ, ਅਤੇ ਅਵਚੇਤਨ ਮਨ ਨੇ ਤੁਹਾਡੇ ਸਾਹਮਣੇ ਉਸ ਨੂੰ ਨੈਗਟਿਵ ਰੂਪ ਦੇ ਵਿੱਚ ਪੇਸ਼ ਕਰ ਦਿੱਤਾ, ਤੁਸੀਂ ਉਸਨੂੰ ਕਰ ਨਹੀਂ ਪਾਓਗੇ। ਬਹੁਤ ਸਾਰੀ ਨੈਗਟਿਵਿਟੀ ਤੁਹਾਡੀ ਜਦੋਂ ਵੱਧਦੀ ਜਾਂਦੀ ਹੈ, ਬਿਮਾਰੀਆਂ ਵੱਧਦੀਆਂ ਜਾਂਦੀਆਂ ਹਨ, ਦੁੱਖ ਵੱਧਦੇ ਜਾਂਦੇ, ਅਤੇ ਇੱਕ ਤੋਂ ਬਾਅਦ ਇੱਕ ਸਾਡੀ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਫਿਰ ਅਸੀਂ ਰੱਬ ਨੂੰ ਦੋਸ਼ ਦਿੰਦੇ, ਰੱਬਾ ਤੂੰ ਮੇਰੀ ਕਿਸਮਤ ਮਾੜੀ ਕਿਉਂ ਲਿਖੀ? ਤੁਹਾਡੀ ਕਿਸਮਤ ਮਾੜੀ ਨਹੀਂ, ਤੁਸੀਂ ਆਪਣੀ ਕਿਸਮਤ ਨੂੰ ਸਿਰਜ ਸਕਦੇ ਹੋ, ਤੁਹਾਡੀ ਕਿਸਮਤ ਤੁਹਾਡੇ ਹੱਥ ਹੈ। ਹੁਣ ਆਪਾਂ ਇਹੀ ਗੱਲ ਦੇ ਉੱਤੇ ਵਿਚਾਰ ਕਰਦੇ ਆਏ ਪਏ ਹਾਂ, ਅਸੀਂ ਕੀ ਆ, ਸਾਡੀ ਨੈਗਟਿਵਿਟੀ ਕਿਉਂ ਨਾ ਆਊਗੀ ਸਾਡੀ ਜ਼ਿੰਦਗੀ ਦੇ ਵਿੱਚ? ਆਵੇਗੀ। ਕਾਰਨ ਕੀ ਆ, ਅਸੀਂ ਗੀਤ ਬਹੁਤ ਹੰਕਾਰੀ ਸੁਣਦੇ ਹਾਂ, ਮੈਂ ਚੱਕ ਲੂੰ ਧਰ ਲੂੰ ਮਾਰ ਦੂੰ, ਮੈਂ ਆਹ ਕਰ ਦੂੰ ਉਹ ਕਰ ਦੂੰ, ਮੈਂ ਫਲਾਨਾ ਹੁੰਦਾ, ਮੈਂ ਧਿੰਕੜਾ ਹੁੰਦਾ, ਅਸੀਂ ਨੈਗਟਿਵ ਬਹੁਤ ਬੋਲਦੇ ਹਾਂ, ਸਾਡੇ ਅੰਦਰ ਸਾੜਾ ਬਹੁਤ ਆ, ਸਾਡੇ ਅੰਦਰ ਈਰਖਾ ਬਹੁਤ ਆ, ਅਸੀਂ ਕਿਸੇ ਦਾ ਭਲਾ ਹੀ ਨਹੀਂ ਕਰਨਾ ਜਾਣਦੇ। ਜੇ ਕੋਈ ਅੱਗੇ ਵੱਧਦਾ ਅਸੀਂ ਉਸ ਨੂੰ ਗਾਲੀ ਗਲੋਚ ਕਰਦੇ ਹਾਂ, ਜੇ ਕੋਈ ਸਮਾਜ ਨੂੰ ਕੋਈ ਚੰਗਾ ਦੇਣ ਦੀ ਕੋਸ਼ਿਸ਼ ਕਰਦਾ ਸੋਸ਼ਲ ਮੀਡੀਆ 'ਤੇ, ਕੋਈ ਉਸਨੂੰ ਗਾਲਾਂ ਕੱਢਦੇ ਹਾਂ, ਨਾ ਅਸੀਂ ਚੰਗਿਆਂ ਨੂੰ ਛੱਡ ਰਹੇ ਹਾਂ ਅਤੇ ਨਾ ਅਸੀਂ ਮਾੜਿਆਂ ਨੂੰ ਛੱਡਦੇ ਹਾਂ। ਜੋ ਚੰਗਾ ਬਣ ਰਿਹਾ ਉਹਨੂੰ ਵੀ ਅਸੀਂ ਗਾਲਾਂ ਕੱਢਦੇ ਹਾਂ, ਜੋ ਮਾੜਾ ਬਣ ਰਿਹਾ ਉਹਨੂੰ ਵੀ ਅਸੀਂ ਗਾਲਾਂ ਕੱਢਦੇ ਹਾਂ, ਕਿਉਂ ਕੱਢੀਏ? ਕਾਰਨ ਕੀ ਆ, ਅਸੀਂ ਨੈਗਟਿਵ ਹੋ ਗਏ, ਸਾਡੇ ਅੰਦਰ ਸਾੜਾ ਬਹੁਤ ਆ, ਸਾਡੇ ਅੰਦਰ ਹੰਕਾਰ ਬਹੁਤ ਆ, ਇਹ ਸਾਰਾ ਹੰਕਾਰ ਨੈਗਟਿਵਿਟੀ ਨੂੰ ਪੈਦਾ ਕਰੇਗਾ ਹੀ ਕਰੇਗਾ, ਤੁਹਾਡੇ ਅੰਦਰ ਡਰ ਨੂੰ ਪੈਦਾ ਕਰੇਗਾ ਹੀ ਕਰੇਗਾ, ਕਿਉਂਕਿ ਸਾਰਾ ਹੰਕਾਰ ਚੁਗਲੀ ਨਿੰਦਿਆ ਬਹੁਤ ਵੱਡੀ ਨੈਗਟਿਵਿਟੀ ਇਹ ਹੈ। ਹੁਣ ਇੱਥੇ ਬਹੁਤ ਸਾਰੇ ਲੋਕ ਕਹਿਣਗੇ ਵੀ ਸਾਡੀ ਜ਼ਿੰਦਗੀ ਚੰਗੀ ਘਟਨਾਵਾਂ ਨਹੀਂ ਘਟਦੀ, ਉਹਨਾਂ ਦਾ ਹੱਲ ਕੀ ਆ? ਦੋਸਤੋ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਪਰਨ ਵਾਲੀ ਘਟਨਾ ਬਾਰੇ ਤੁਹਾਨੂੰ ਪੁੱਛਾਂਗੇ, ਕਿਉਂ ਵਾਪਰ ਰਹੀਆਂ, ਉਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਗਰ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਨੈਗਟਿਵ ਘਟਨਾਵਾਂ ਵਾਪਰਦੀਆਂ ਹਨ, ਕਿਤੇ ਨਾ ਕਿਤੇ ਤੁਸੀਂ ਬਹੁਤ ਜ਼ਿਆਦਾ ਨੈਗਟਿਵ ਸੋਚਦੇ ਹੋ, ਤੁਸੀਂ ਆਪਣੇ ਪਾਸਟ ਵਿੱਚ ਬੀਤੀਆਂ ਹੋਈਆਂ ਮਾੜੀਆਂ ਘਟਨਾਵਾਂ ਬਾਰੇ ਬਹੁਤ ਜ਼ਿਆਦਾ ਵਿਚਾਰ ਕਰਦੇ ਹੋ, ਜਿਸ ਦੀ ਵਜ੍ਹਾ ਕਰਕੇ ਤੁਹਾਡੀ ਜ਼ਿੰਦਗੀ 'ਚ ਨੈਗਟਿਵਿਟੀ ਵੱਧਦੀ ਜਾ ਰਹੀ ਹੈ, ਤੁਸੀਂ ਦੁਖੀ ਹੁੰਦੇ ਜਾ ਰਹੇ ਹੋ, ਤੁਹਾਡੇ ਕੋਲ ਹਰ ਤਰ੍ਹਾਂ ਦਾ ਦੁੱਖ ਹੈ, ਬਿਮਾਰੀ ਹੈ ਤੁਹਾਡੀ ਜ਼ਿੰਦਗੀ ਵਿੱਚ, ਪੈਸੇ ਦੀ ਕਮੀ ਹੈ, ਦੋਸਤ ਮਿੱਤਰ ਤੁਹਾਡੇ ਕੋਲ ਨਹੀਂ ਹਨ ਚੰਗੇ, ਤੁਸੀਂ ਹਰ ਪੱਖ ਦੇ ਉੱਤੇ ਹੇਠਾਂ ਨੂੰ ਜਾ ਰਹੇ ਹੋ। ਅਸੀਂ ਅਧਿਆਤਮਿਕਤਾ ਨੂੰ ਛੱਡ ਦਿੱਤਾ, ਅਸੀਂ ਧਿਆਨ ਨੂੰ ਸਿਮਰਨ ਨੂੰ ਛੱਡ ਦਿੱਤਾ, ਅਸੀਂ ਧਾਰਮਿਕ ਗ੍ਰੰਥਾਂ ਨੂੰ ਛੱਡ ਦਿੱਤਾ, ਇਹ ਵੀ ਕਾਰਨ ਹੈ ਸਾਡੀ ਜ਼ਿੰਦਗੀ ਵਿੱਚ ਨੈਗਟਿਵਿਟੀ ਵਧਣ ਦਾ। ਹੁਣ ਦੋਸਤੋ, ਇਸ ਦਾ ਹੱਲ ਕੀ ਹੈ, ਨਕਾਰਾਤਮਿਕਤਾ ਨੂੰ ਖਤਮ ਕਿਵੇਂ ਕਰੀਏ? ਦੋਸਤੋ, ਸਭ ਤੋਂ ਪਹਿਲਾਂ ਆਪਣੇ ਸੋਚਣ ਦਾ ਤਰੀਕਾ ਬਦਲੋ। ਜੇ ਤੁਹਾਡਾ ਮਨ ਕਹਿ ਰਿਹਾ ਯਾਰ ਮੇਰੇ ਨਾਲ ਮਾੜਾ ਹੋਊਗਾ, ਤਾਂ ਉਸ ਥਾਟ ਨੂੰ ਬਦਲ ਦਿਓ। ਜੇ ਤੁਹਾਡੇ ਮਨ ਨੇ ਇੱਕ ਵਾਰੀ ਕਿਹਾ ਵੀ ਮੇਰੇ ਨਾਲ ਮਾੜਾ ਹੋਊਗਾ, ਤੁਹਾਨੂੰ ਡਰ ਲੱਗ ਰਿਹਾ, ਤੁਸੀਂ ਉੱਚੀ ਉੱਚੀ ਬੋਲ ਬੋਲ ਕੇ ਕਹੋ, ਨਹੀਂ ਮੇਰੇ ਨਾਲ ਚੰਗਾ ਹੀ ਹੋਊਗਾ, ਮੈਂ ਕਿਸੇ ਦਾ ਮਾੜਾ ਨਹੀਂ ਕੀਤਾ, ਮੇਰੇ ਨਾਲ ਚੰਗਾ ਹੀ ਹੋਊਗਾ, ਸਭ ਕੁਝ ਚੰਗਾ ਹੋ ਰਿਹਾ, ਮੇਰੀ ਜ਼ਿੰਦਗੀ 'ਚ ਖੁਸ਼ੀਆਂ ਆ ਰਹੀਆਂ, ਮੇਰੀ ਜ਼ਿੰਦਗੀ 'ਚ ਬਹੁਤ ਕੁਝ ਚੰਗਾ ਹੋ ਰਿਹਾ, ਬਾਰ ਬਾਰ ਬੋਲ ਬੋਲ ਕੇ ਕਹੋ। ਫਿਰ ਬੈਠ ਜਾਵੋ, ਕੁਝ ਸਮੇਂ ਲਈ ਵਿਜੁਅਲਾਈਜੇਸ਼ਨ ਕਰੋ, ਆਪਣੇ ਮਾਈਂਡ ਨੂੰ ਸਟੱਡੀ ਕਰੋ ਵੀ ਤੁਸੀਂ ਸੋਚ ਕੀ ਰਹੇ ਹੋ, ਜੇ ਕੁਝ ਨੈਗਟਿਵ ਸੋਚ ਰਹੇ ਹੋ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰੋ, ਉਹਨੂੰ ਦੇਖੋ ਵੀ ਕੀ ਸੋਚ ਰਹੇ ਹੋ, ਕਿਉਂ ਸੋਚ ਰਹੇ ਹੋ। ਜੇ ਤੁਹਾਡੀ ਜ਼ਿੰਦਗੀ 'ਚ ਉਸ ਘਟਨਾ ਦਾ ਕੋਈ ਵੀ ਅੰਸ਼ ਨਹੀਂ ਹੈ ਜਾਂ ਕਾਰਨ ਨਹੀਂ ਹੈ, ਤਾਂ ਉਸ ਨੂੰ ਸੋਚਣਾ ਬੰਦ ਕਰ ਦੇਵੋ, ਉਸ ਨੂੰ ਪੋਜ਼ਿਟਿਵ ਫੀਡ ਦਿਓ, ਯਾਰ ਇਹ ਮੇਰੇ ਲਈ ਨਹੀਂ ਹੈ, ਇਹ ਮੇਰੀ ਜ਼ਿੰਦਗੀ 'ਚ ਨਹੀਂ ਹੋ ਸਕਦਾ, ਇਹ ਨੈਗਟਿਵ ਚੀਜ਼ ਮੇਰੀ ਜ਼ਿੰਦਗੀ 'ਚ ਹੋ ਹੀ ਨਹੀਂ ਸਕਦੀ, ਮੈਂ ਇਸ ਦਾ ਜ਼ਿੰਮੇਵਾਰ ਨਹੀਂ ਹਾਂ, ਇਸ ਚੀਜ਼ ਨੂੰ ਮੇਰੀ ਜ਼ਿੰਦਗੀ 'ਚ ਨਹੀਂ ਹੋਣਾ ਚਾਹੀਦਾ, ਤਾਂ ਹੋਵੇਗੀ ਵੀ ਨਹੀਂ, ਕਿਉਂਕਿ ਮੈਂ ਇਸ ਦਾ ਮਾੜਾ ਨਹੀਂ ਕੀਤਾ, ਚੰਗਾ ਹੀ ਹੋਵੇਗਾ ਮੇਰੇ ਨਾਲ। ਤਾਂ ਤੁਸੀਂ ਜਦੋਂ ਹੀ ਇਸ ਚੀਜ਼ ਨੂੰ ਸੋਚਣ ਦੇ ਆਪਦੇ ਆਪ ਨੂੰ ਨੈਗਟਿਵ ਵਿਚਾਰਾਂ ਨੂੰ ਪੋਜ਼ਿਟਿਵ ਵਿੱਚ ਬਦਲਣ ਦੀ ਕੋਸ਼ਿਸ਼ ਕਰੋਗੇ, ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਮਹੀਨੇ ਦੇ ਵਿੱਚ ਤੁਸੀਂ ਪਾਓਗੇ, ਤੁਹਾਡਾ ਮਾਇੰਡ, ਤੁਹਾਡਾ ਸਭ ਕੌਨਸ਼ੀਅਸ ਮਾਇੰਡ ਤੁਹਾਨੂੰ ਚੰਗੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰ ਦੇਵੇਗਾ, ਤੁਹਾਡੀ ਜ਼ਿੰਦਗੀ ਚੰਗੇ ਲੋਕ ਆਉਣੇ ਸ਼ੁਰੂ ਹੋ ਜਾਣਗੇ। ਪਰ ਇੱਕ ਸੋਚਣ ਦਾ ਤਰੀਕਾ ਬਦਲਣਾ,
ਦੂਸਰੀ ਗੱਲ, ਹੰਕਾਰੀ ਗੀਤ ਬਿਲਕੁਲ ਨਹੀਂ ਸੁਣਨੇ, ਗਾਲੀ ਗਲੋਚ ਬਿਲਕੁਲ ਨਹੀਂ ਕਿਸੇ ਨੂੰ ਕਰਨਾ। ਆਪਣੇ ਆਪ ਦੇ ਵਿੱਚ ਪਿਆਰ ਬਣਾ ਕੇ ਰੱਖੋ, ਸਭ ਦੇ ਲਈ ਦਇਆ ਭਾਵ ਰੱਖੋ। ਜੇ ਕੁਝ ਮਾੜਾ ਕਰ ਰਿਹਾ ਸੋਸ਼ਲ ਮੀਡੀਆ 'ਤੇ, ਉਹਨੂੰ ਗਾਲ ਨਹੀਂ ਕੱਢਣੀ, ਕਰੀ ਜਾਂਦੋ, ਉਹਦੀ ਜ਼ਿੰਦਗੀ ਆ। ਜੇ ਉਹ ਮਾੜਾ ਕਰਮ ਕਰ ਰਿਹਾ, ਉਹ ਆਪਣਾ ਮਾੜਾ ਸਿਰਜ ਰਿਹਾ, ਤੁਸੀਂ ਆਪਣਾ ਚੰਗਾ ਕਰਨਾ ਨਾ ਛੱਡੋ। ਕਦੇ ਵੀ ਨੈਗਟਿਵ ਦੋਸਤਾਂ ਦੇ ਨਾਲ ਨਾਲ ਜੇ ਕੋਈ ਤੁਸੀਂ ਚੰਗਾ ਕਰਦੇ ਹੋ, ਕੋਈ ਤੁਹਾਡਾ ਦੋਸਤ, ਤੁਹਾਡਾ ਮਿੱਤਰ, ਤੁਹਾਡਾ ਰਿਸ਼ਤੇ ਤੁਹਾਨੂੰ ਨੈਗਟਿਵ ਗੱਲਾਂ ਕਹਿੰਦਾ, ਤੁਹਾਨੂੰ ਨੈਗਟਿਵਿਟੀ ਤੁਹਾਨੂੰ ਦਿੰਦਾ ਹੈਗਾ, ਤਾਂ ਐਸੇ ਲੋਕਾਂ ਤੋਂ ਤੁਸੀਂ ਪਰਹੇਜ਼ ਕਰੋ, ਪਾਸੇ ਹੋ ਜਾਵੋ, ਐਸੇ ਲੋਕਾਂ ਨੂੰ ਛੱਡ ਦਿਓ। ਜੇਕਰ ਤੁਹਾਡੀ ਜ਼ਿੰਦਗੀ 'ਚ ਐਸੇ ਨੈਗਟਿਵ ਰਿਸ਼ਤੇਦਾਰ ਰਹਿਣਗੇ, ਨੈਗਟਿਵ ਦੋਸਤ ਰਹਿਣਗੇ, ਤੁਹਾਨੂੰ ਅੱਗੇ ਨਹੀਂ ਵਧ ਦੇਣਗੇ, ਤੁਹਾਡੀ ਲੱਤਾਂ ਹੀ ਖਿੱਚਣਗੇ। ਸੋ ਉਹਦੇ ਨਾਲ ਬੈਟਰ ਇਹ ਆ, ਉਹਦੇ ਨਾਲ ਚੰਗਾ ਇਹ ਆ ਕਿ ਤੁਸੀਂ ਉਹਨਾਂ ਨੂੰ ਛੱਡ ਦੇਵੋ। ਕੋਈ ਨੁਕਸਾਨ ਨਹੀਂ ਹੋਵੇਗਾ ਤੁਹਾਨੂੰ ਉਹਨਾਂ ਦੇ ਛੱਡਣ ਦਾ, ਜੇਕਰ ਤੁਸੀਂ ਰੱਖੋਗੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ, ਤਾਂ ਤੁਹਾਡਾ ਨੁਕਸਾਨ ਹੀ ਨੁਕਸਾਨ ਆ। ਬਸ ਇੱਕ ਹੋਰ ਧਿਆਨ ਦਿਓ ਆਪਣੇ ਆਪ ਦੇ ਵਿੱਚ, ਧਿਆਨ ਜ਼ਰੂਰ ਕਰੋ, ਆਪਣੇ ਅੰਦਰ ਦੀਆਂ ਸ਼ਕਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਆਪਣੇ ਲਈ ਚੰਗਾ ਚੰਗਾ ਬੋਲੋ, ਜੋ ਕੁਛ ਜ਼ਿੰਦਗੀ 'ਚ ਤੁਸੀਂ ਚੰਗਾ ਚਾਹੁੰਦੇ ਹੋ, ਉਸਨੂੰ ਬੋਲ ਬੋਲ ਕੇ, ਅੱਖਾਂ ਮੀਚ ਲਓ, ਬੈਠ ਜਾਓ, ਉਸਨੂੰ ਬੋਲ ਬੋਲ ਕੇ ਆਪਣੇ ਆਪ ਨੂੰ ਕਹੋ, ਉਸਦਾ ਵਿਜੂਅਲਾਈਜੇਸ਼ਨ ਕਰੋ, ਉਹਦੀਆਂ ਤਸਵੀਰਾਂ ਬਣਾਓ ਅੱਖਾਂ ਦੇ ਪਿੱਛੇ ਆਪਣੇ ਮਨ ਦੇ ਵਿੱਚ। ਜੇ ਤੁਸੀਂ ਚੰਗਾ ਘਰ ਚਾਹੁੰਦੇ ਹੋ, ਚੰਗਾ ਫਿਊਚਰ ਚਾਹੁੰਦੇ ਹੋ, ਉਹਦੀਆਂ ਤਸਵੀਰਾਂ ਬਣਾਓ, ਉਸ ਬਾਰੇ ਸੋਚੋ, ਤੁਹਾਡਾ ਮਨ ਉਸਦੇ ਬਾਰੇ ਤੁਹਾਡੀ ਜ਼ਿੰਦਗੀ ਵਿੱਚ ਪਰਿਸਥਿਤੀਆਂ ਪੈਦਾ ਕਰ ਦੇਵੇਗਾ, ਹਾਲਾਤ ਬਣਾ ਦੇਵੇਗਾ ਐਸੇ, ਜਿਸ ਨਾਲ ਤੁਹਾਡਾ ਸਰੀਰ, ਤੁਹਾਡਾ ਮਨ ਐਕਟੀਵਿਟੀ ਕਰੇਗਾ, ਤੁਸੀਂ ਉਸ ਚੀਜ਼ ਦੇ ਪ੍ਰਤੀ ਜਾਗਰੂਕ ਹੋ ਜਾਵੋਗੇ, ਉਹ ਚੀਜ਼ ਨੂੰ ਤੁਸੀਂ ਸਿਰਜਣਾ ਸ਼ੁਰੂ ਕਰ ਦੇਵੋਗੇ, ਤੁਹਾਡੇ ਨਾਲ ਐਸੇ ਲੋਕ ਜੁੜਨੇ ਸ਼ੁਰੂ ਹੋ ਜਾਣਗੇ ਜੋ ਤੁਹਾਨੂੰ ਚੰਗਾ ਹੀ ਦੇਣਗੇ। ਵਾਰ ਵਾਰ ਚੰਗੀਆਂ ਚੀਜ਼ਾਂ ਆਪਣੇ ਆਪ ਨੂੰ ਕਹੋ, ਆਪਣੇ ਫਿਊਚਰ ਬਾਰੇ ਚੰਗਾ ਕਹੋ ਆਪਣੇ ਆਪ ਨੂੰ। ਜੇ ਤੁਸੀਂ ਨੌਕਰੀ ਕਰਨਾ ਚਾਹੁੰਦੇ ਹੋ, ਤਾਂ ਵਾਰ ਵਾਰ ਇਹੀ ਗੱਲ ਕਹੋ, ਮੈਨੂੰ ਨੌਕਰੀ ਮਿਲ ਜਾਣੀ ਹੈ, ਮੈਂ ਮਿਹਨਤ ਕਰ ਰਿਹਾ, ਮੈਂ ਸਟੱਡੀ ਕੀਤੀ ਆ, ਮੈਨੂੰ ਪਤਾ ਮੈਨੂੰ ਨੌਕਰੀ ਮਿਲ ਜਾਣੀ ਆ, ਇਹ ਮੇਰਾ ਹੱਕ ਹੈ, ਮੇਰਾ ਅਧਿਕਾਰ ਹੈ। ਤੁਸੀਂ ਵਾਰ ਵਾਰ ਉਹਦੀ ਤਸਵੀਰਾਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਭੇਜੋ, ਵਾਰ ਵਾਰ ਉਹ ਚੀਜ਼ ਬਾਰੇ ਸੋਚੋ, ਆਪਦੇ ਆਪ ਨੂੰ ਮਹਿਸੂਸ ਕਰੋ ਵੀ ਤੁਸੀਂ ਕੁਰਸੀ 'ਤੇ ਬੈਠੇ ਹੋਏ ਹੋ, ਤੁਸੀਂ ਆਪਣੇ ਦਫ਼ਤਰ ਦੇ ਵਿੱਚ ਕੰਮ ਕਰ ਰਹੇ ਹੋ, ਤੁਸੀਂ ਆਪਦੀ ਨੌਕਰੀ 'ਤੇ ਬੈਠੇ ਹੋ, ਤੁਸੀਂ ਕਾਰੋਬਾਰ ਬਾਰੇ ਸੋਚਦੇ ਵੀ ਹਾਂ ਮੈਂ ਕਾਰੋਬਾਰ ਕਰਨਾ, ਤਾਂ ਆਪਣੇ ਕਾਰੋਬਾਰ ਬਾਰੇ ਸੋਚੋ, ਪੋਜ਼ਿਟਿਵ ਫੀਡ ਦਿਓ ਉਸਨੂੰ, ਵਾਰ ਵਾਰ ਸੋਚੋ, ਦੀ ਤਸਵੀਰ ਆਪਣੇ ਮਨ ਦੇ ਵਿੱਚ ਬਣਾਓ, ਤਾਂ ਤੁਹਾਡਾ ਕਾਰੋਬਾਰ ਵੀ ਸੈੱਟ ਹੋ ਜਾਵੇਗਾ। ਇਸੇ ਤਰ੍ਹਾਂ ਇਹ ਨੈਗਟਿਵਿਟੀ ਨੂੰ ਖਤਮ ਕੀਤਾ ਜਾ ਸਕਦਾ, ਕਿਤੋਂ ਤਾਂ ਤੁਹਾਨੂੰ ਸ਼ੁਰੂਆਤ ਕਰਨੀ ਹੀ ਪਵੇਗੀ। ਜੇ ਤੁਹਾਨੂੰ ਲੱਗਦਾ ਵੀ ਇੱਕ ਦਿਨ ਦੇ ਤੁਹਾਡੀ ਜ਼ਿੰਦਗੀ 'ਚ ਫਰਕ ਪੈ ਜਾਵੇ, ਅੱਜ ਤੁਸੀਂ ਪੋਜ਼ਿਟਿਵ ਸੋਚੋਗੇ ਵੀ ਅੱਜ ਹੀ ਤੁਹਾਡੀ ਜ਼ਿੰਦਗੀ 'ਚ ਫਰਕ ਪੈ ਜਾਵੇ, ਤਾਂ ਅੱਜ ਨਹੀਂ ਪਵੇਗਾ। ਜਦੋਂ ਤੁਸੀਂ ਇਸ ਦੀ ਸ਼ੁਰੂਆਤ ਕਰੋਗੇ, ਤਦ ਹੀ ਤੁਹਾਡੇ ਮਨ ਵਿੱਚ ਇੱਕ ਡਰ ਪੈਦਾ ਹੋਵੇਗਾ, ਯਾਰ ਮੈਂ ਸ਼ੁਰੂਆਤ, ਜਦੋਂ ਤੁਸੀਂ ਇਹ ਚੀਜ਼ ਚੰਗਾ ਸੋਚੋਗੇ, ਇੱਕ ਡਰ ਜ਼ਰੂਰ ਲੱਗੇਗਾ, ਪਰ ਤੁਸੀਂ ਚੰਗਾ ਸੋਚਣਾ ਬੰਦ ਨਹੀਂ ਕਰਨਾ। ਜੋ ਜਿੱਥੇ ਤੁਸੀਂ ਮਾੜਾ ਸੋਚ ਰਹੇ ਸੀ, ਉੱਥੇ ਤੁਸੀਂ ਚੰਗਾ ਸੋਚਣਾ ਸ਼ੁਰੂ ਕਰੋ, ਜਿੱਥੇ ਤੁਹਾਡੇ ਦੋਸਤ ਮਾੜੇ ਸਨ, ਉੱਥੇ ਚੰਗੇ ਦੋਸਤ ਬਣਾਓ, ਚੰਗਾ ਲਿਟਰੇਚਰ ਪੜ੍ਹੋ, ਚੰਗਾ ਸੰਗੀਤ ਸੁਣੋ ਜਿਹੜਾ ਤੁਹਾਡੇ ਮਨ ਨੂੰ ਤ੍ਰਿਪਤ ਕਰੇ, ਅਧਿਆਤਮਿਕ ਸੰਗੀਤ ਸੁਣੋ, ਕੀਰਤਨ ਸੁਣੋ, ਧਾਰਮਿਕ ਸੰਗੀਤ ਸੁਣੋ, ਮੰਤਰਾਂ ਦਾ ਜਾਪ ਕਰੋ, ਮੰਤਰ ਸੁਣੋ, ਕਦੇ ਵੀ ਹੰਕਾਰੀ ਲਹਿਜੇ ਦਾ ਗੀਤ ਨਾ ਸੁਣੋ। ਜਿਸ ਤਰ੍ਹਾਂ ਦਾ ਮਨ ਨੂੰ ਤੁਸੀਂ ਕਹੋਗੇ, ਜੇ ਤੁਸੀਂ ਲੜਾਈ ਝਗੜਿਆਂ ਦੀ ਫੀਲਡਾਂ ਦੇ ਮਨ ਨੂੰ ਦੇਵੋਗੇ, ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ, ਉਸੇ ਤਰ੍ਹਾਂ ਦੇ ਹਾਲਾਤ ਤੁਹਾਡੀ ਜ਼ਿੰਦਗੀ 'ਚ ਬਣਨਗੇ। ਜਿਸ ਤਰ੍ਹਾਂ ਦਾ ਸੰਗੀਤ ਅੱਜ ਕੱਲ੍ਹ ਚੱਲ ਰਿਹਾ, ਇਹ ਬਹੁਤਾ ਚੰਗਾ ਨਹੀਂ, ਜਿਸ ਦੀ ਵਜ੍ਹਾ ਕਰਕੇ ਕ੍ਰਾਈਮ ਰੇਟ ਵਧਿਆ, ਨੈਗਟਿਵਿਟੀ ਵਧੀ ਆ। ਸੰਗੀਤ ਸਾਡੇ ਮਨ ਨੂੰ ਪ੍ਰਭਾਵਿਤ ਕਰਦਾ, ਸੰਗੀਤ ਹੀ ਸਾਡੀ ਚੇਤਨਾ ਨੂੰ ਉੱਤੇ ਲੈ ਕੇ ਜਾਂਦਾ, ਸੰਗੀਤ ਸਾਡੀ ਚੇਤਨਾ ਨੂੰ ਹੇਠਾਂ ਵੀ ਲੈ ਕੇ ਆਉਂਦਾ। ਸੰਗੀਤ ਸਾਡੇ ਅੰਦਰ ਸਕਾਰਾਤਮਕ ਸ਼ਕਤੀਆਂ ਨੂੰ ਵੀ ਵਧਾਉਂਦਾ, ਸੰਗੀਤ ਸਾਡੇ ਅੰਦਰ ਨਕਾਰਾਤਮਕ ਸ਼ਕਤੀਆਂ ਨੂੰ ਵੀ ਵਧਾਉਂਦਾ। ਇਹ ਤੁਹਾਡੇ ਉੱਤੇ ਆ, ਤੁਸੀਂ ਆਪਣੇ ਜੀਵਨ ਨੂੰ ਕਿਸ ਤਰੀਕੇ ਨਾਲ ਜਿਉਣਾ, ਕਿਸ ਸਲੀਕੇ ਦੇ ਨਾਲ ਜਿਉਣਾ।
ਸੋ ਆਪਣੇ ਆਪ ਨੂੰ ਪੋਜ਼ਿਟਿਵ ਵਾਈਬ੍ਰੇਸ਼ਨ ਦਿੰਦੇ ਰਹੋ, ਚੰਗਾ ਸੋਚੋ ਚੰਗਾ ਹੀ ਹੋਵੇਗਾ। ਬਾਰ ਬਾਰ ਕਹਿ ਰਿਹਾ, ਚੰਗਾ ਸੋਚੋ ਚੰਗਾ ਹੀ ਹੋਵੇਗਾ। ਤੁਹਾਡੀ ਜ਼ਿੰਦਗੀ ਵਿੱਚ ਚੰਗੀਆਂ ਪਰਿਸਥਿਤੀਆਂ ਪੈਦਾ ਹੋਣਗੀਆਂ ਜਿਸ ਦਿਨ ਤੁਸੀਂ ਆਪਣੇ ਆਪ ਨੂੰ ਸੋਚਣ ਦਾ ਨਜ਼ਰੀਆ ਬਦਲ ਦਿੱਤਾ। ਵਿਜੂਅਲਾਈਜੇਸ਼ਨ ਕਰੋ, ਅਗਰ ਤੁਹਾਡੇ ਤੋਂ ਨਹੀਂ ਹੋ ਰਿਹਾ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਅਸੀਂ ਤੁਹਾਨੂੰ ਕਾਉਂਸਲਿੰਗ ਦੇਵਾਂਗੇ, ਅਸੀਂ ਤੁਹਾਨੂੰ ਇਹਦੇ ਬਾਰੇ ਸਮਝਾਵਾਂਗੇ। ਤੁਹਾਨੂੰ ਵਾਰ ਵਾਰ ਅਸੀਂ ਤੁਹਾਨੂੰ ਤੁਹਾਡੇ ਸੁਪਨਿਆਂ ਨੂੰ ਪੜ੍ਹਨ ਦੇ ਲਈ ਪ੍ਰੇਰਿਤ ਕਰਾਂਗੇ। ਤੁਹਾਡੇ ਖਿਆਲਾਂ ਨੂੰ ਕਿਵੇਂ ਪੜ੍ਹਨਾ, ਤੁਸੀਂ ਨੈਗੇਟਿਵਿਟੀ ਨੂੰ ਕਿਵੇਂ ਖਤਮ ਕਰਨਾ, ਨੈਗੇਟਿਵ ਥੋਟਸ ਨੂੰ ਕਿਵੇਂ ਰੀਡ ਕਰਨਾ, ਉਹਨਾਂ ਨੂੰ ਕਿਵੇਂ ਰਿਮੂਵ ਕਰਨਾ, ਇਹ ਅਸੀਂ ਤੁਹਾਨੂੰ ਸਿਖਾਵਾਂਗੇ। ਪਰ ਉਸ ਦੇ ਲਈ ਤੁਹਾਨੂੰ ਸਾਡੇ ਨਾਲ ਜੁੜਨਾ ਪੈਣਾ। ਤੁਹਾਡਾ ਮਨ ਹੀ ਤੁਹਾਡੀ ਜ਼ਿੰਦਗੀ ਨੂੰ ਚਲਾਉਂਦਾ ਹੈ। ਜਿਸ ਦਿਨ ਤੁਸੀਂ ਮਨ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ, ਉਸ ਦਿਨ ਤੁਹਾਡੀ ਜ਼ਿੰਦਗੀ ਚੰਗੀ ਹੋ ਜਾਵੇਗੀ। ਜਦੋਂ ਤੱਕ ਤੁਹਾਡਾ ਮਨ ਤੁਹਾਨੂੰ ਚਲਾਉਂਦਾ ਰਹੇਗਾ, ਤੁਹਾਡੀ ਜ਼ਿੰਦਗੀ 'ਚ ਮਾੜੀਆਂ ਘਟਨਾਵਾਂ ਘਟਦੀਆਂ ਰਹਿਣਗੀਆਂ, ਤੁਹਾਡੀ ਜ਼ਿੰਦਗੀ 'ਚ ਕਦੇ ਵੀ ਚੰਗਾ ਨਹੀਂ ਹੋਵੇਗਾ। ਜਿਸ ਦਿਨ ਤੁਸੀਂ ਆਪਣੇ ਆਪ ਨੂੰ ਬਦਲ ਲਿਆ, ਮਨ ਨੂੰ ਹੁਕਮ ਦੇਣਾ ਸ਼ੁਰੂ ਕਰ ਦਿੱਤਾ, ਮਨ ਨੂੰ ਆਪਣੇ ਵੱਸ ਵਿੱਚ ਕਰਨਾ ਸ਼ੁਰੂ ਕਰ ਦਿੱਤਾ, ਉਸੇ ਦਿਨ ਤੁਹਾਡੀ ਜ਼ਿੰਦਗੀ 'ਚ ਚੰਗੀਆਂ ਘਟਨਾਵਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ, ਤੁਹਾਡੀ ਜ਼ਿੰਦਗੀ ਵਿੱਚ ਮਾੜੇ ਸਮੇਂ ਦਾ ਅੰਤ ਹੋ ਜਾਵੇਗਾ। ਸੋ ਆਪਣੇ ਆਪ ਨੂੰ ਸਦਾ ਹੀ ਪੋਜ਼ਿਟਿਵ ਰੱਖੋ, ਚੰਗਾ ਸੋਚੋ। ਜਦੋਂ ਕੁਝ ਮਨ ਵਿੱਚ ਇੱਕ ਮਾੜਾ ਖਿਆਲ ਆਉਂਦਾ, ਉਸ ਨੂੰ ਰਿਪੀਟਲੀ ਨਾ ਦੁਹਰਾਓ, ਉਸ ਜਗ੍ਹਾ 'ਤੇ ਚੰਗੇ ਖਿਆਲ ਰੱਖ ਦਿਓ। ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਮਾੜਾ ਖਿਆਲ ਸਟੱਕ ਹੋ ਜਾਂਦਾ, ਉਸ ਨਾਲ ਬੈਠ ਕੇ ਗੱਲ ਕਰੋ, ਉਸ ਦੇ ਨਾਲ ਕਾਨਫਰੰਸ ਕਰੋ, ਉਸ ਦੇ ਨਾਲ ਮੀਟਿੰਗ ਕਰ ਲਓ, ਉਸ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰੋ ਵੀ ਕਿਉਂ ਤੁਹਾਡੇ ਮਨ ਦੇ ਵਿੱਚ ਉਹ ਮਾੜਾ ਖਿਆਲ ਆ ਰਿਹਾ, ਐਸੀ ਕੀ ਘਟਨਾ ਘਟੀ ਤੁਹਾਡੀ ਜ਼ਿੰਦਗੀ 'ਚ ਅੱਜ ਕੱਲ੍ਹ ਪਰਸੋਂ ਦੇ ਵਿੱਚ ਵੀ ਜਿਹਦੇ ਕਰਕੇ ਉਹ ਮਾੜਾ ਖਿਆਲ ਵਾਰ ਵਾਰ ਆ ਰਿਹਾ। ਐਸਾ ਤੁਸੀਂ ਕੀ ਐਕਸੀਡੈਂਟ ਦੇਖਿਆ, ਕੀ ਹਾਲਾਤ ਵੇਖੇ, ਜਾਂ ਐਸਾ ਕੀ ਤੁਸੀਂ ਦੇਖਿਆ ਜਿਸਦੇ ਕਰਕੇ ਤੁਹਾਡੇ ਮਨ ਨੇ ਉਹ ਨਕਾਰਾਤਮਕ ਖਿਆਲ ਨੂੰ ਆਪਣੇ ਅੰਦਰ ਜਗ੍ਹਾ ਦੇ ਦਿੱਤੀ? ਕਦੇ ਵੀ ਨੈਗੇਟਿਵਿਟੀ ਨੂੰ ਆਪਣੇ ਅੰਦਰ ਜੜ ਨਾ ਪਸਾਰਨ ਦਿਓ। ਇੱਕ ਨੈਗੇਟਿਵ ਵਿਚਾਰ ਤੁਹਾਡੀ ਪੂਰੀ ਜ਼ਿੰਦਗੀ ਨੂੰ ਤਹਿਸ ਨਹਿਸ ਕਰ ਦੇਵੇਗਾ। ਸੋ ਸੋਚਣ ਲੱਗੇ, ਵਿਚਾਰਨ ਲੱਗੇ, ਸੋਚ ਸਮਝ ਕੇ ਵੀ ਸੋਚੋ, ਵਿਚਾਰੋ। ਜਿਸ ਦਿਨ ਤੁਸੀਂ ਆਪਣੇ ਵਿਚਾਰਾਂ ਪ੍ਰਤੀ ਜਾਗ੍ਰਿਤ ਹੋ ਗਏ, ਜਦੋਂ ਤੁਸੀਂ ਆਪਣੇ ਸੋਚਾਂ ਦੇ ਪ੍ਰਤੀ ਜਾਗ੍ਰਿਤ ਹੋ ਗਏ, ਉਸ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਮਾੜੀਆਂ ਘਟਨਾਵਾਂ ਘਟਣੀਆਂ ਖਤਮ ਹੋ ਜਾਣਗੀਆਂ। ਉਸੇ ਦਿਨ ਤੁਹਾਡੀ ਜ਼ਿੰਦਗੀ ਸਵਰਗ ਹੋ ਜਾਵੇਗੀ, ਉਸੇ ਦਿਨ ਤੁਹਾਡੀ ਜ਼ਿੰਦਗੀ ਖੂਬਸੂਰਤ ਹੋ ਜਾਏਗੀ, ਉਸੇ ਦਿਨ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਖੇਡਣਗੀਆਂ, ਸਮਰਿੱਧੀ ਖੇਡੇਗੀ। ਸੋ ਇਸ ਦੀ ਸ਼ੁਰੂਆਤ ਤੁਹਾਨੂੰ ਕਰਨੀ ਹੀ ਪੈਣੀ ਆ, ਤੁਹਾਨੂੰ ਕੰਜਰਪੁਣੇ 'ਚੋਂ ਨਿਕਲਣਾ ਹੀ ਪੈਣਾ, ਤੁਹਾਨੂੰ ਚੰਗੀ ਸਮਾਜ ਦੀ ਸਿਰਜਣ ਲਈ ਯੋਗਦਾਨ ਪਾਉਣਾ ਹੀ ਪੈਣਾ। ਜਿਸ ਦਿਨ ਤੁਸੀਂ ਆਪਣੇ ਆਪ ਨੂੰ ਬਦਲਣ ਦੀ ਤਿਆਰੀ ਕਰ ਲਈ, ਉਸੇ ਦਿਨ ਤੁਹਾਡੀ ਜ਼ਿੰਦਗੀ ਸੌਖੀ ਹੋ ਜਾਵੇਗੀ। ਸੋ ਅੱਜ ਦੇ ਲਈ ਇੰਨਾ ਹੀ, ਧੰਨਵਾਦ। ਮਿਲਦੇ ਹਾਂ ਫਿਰ ਕਿਸੇ ਹੋਰ ਵਿਸ਼ੇ ਦੇ ਨਾਲ। ਮੇਰੇ ਅੰਦਰ ਬੈਠਾ ਪਰਮਾਤਮਾ ਤੁਹਾਡੇ ਪ੍ਰਣਾਮ ਨੂੰ ਕਬੂਲ ਕਰਦਾ, ਅਤੇ ਤੁਹਾਡੇ ਅੰਦਰ ਬੈਠੇ ਪਰਮਾਤਮਾ ਨੂੰ ਮੈਂ ਪ੍ਰਣਾਮ ਕਰਦਾ ਹਾਂ। ਜਿਉਂਦੇ ਰਹੋ, ਵੱਸਦੇ ਰਹੋ, ਹੱਸਦੇ ਰਹੋ, ਸਦਾ ਖੁਸ਼ੀਆਂ ਮਾਣੋ, ਤਾਂ ਜੋ ਆਉਣ ਵਾਲਾ ਭਵਿੱਖ ਤੁਹਾਡਾ ਖੂਬਸੂਰਤ ਹੋਵੇ।